Assalamualaikum, welcome back to my new vlog. ਅਮੀਰ ਕਰਤਾ ਦੇ ਨਾਲ ਤਾਂ ਮੈਂ ਠੀਕ ਹੋ ਗਿਆ। ਤੂੰ ਅੱਜ ਆਪ ਤਾਂ ਭਾਈ ਜੂ ਹੈ ਨਾ ਆਇਆ ਕੈਂਟ ਮੈਂ ਠੀਕ ਆ। ਚੱਕਰ ਇਸ਼ਾਰਾ ਲੱਗ ਗਿਆ ਉਹਨੂੰ, ਇਹ ਕਹਾ ਕਿ ਕੋਈ ਬੰਦਾ ਆਤਾ ਤੁਹਾਡੇ ਠੀਕ ਆ ਤੋ ਚਲੇ। ਹਾਂਜੀ ਤੇ ਸਿਟੀ ਦਾ ਸੂਨ ਸੈਕਿੰਡ ਕੱਪ ਤੇ ਆਵੇ ਤੇ ਇੱਥੇ ਵੀ ਜਿਹੜਾ ਨਾ ਸੈਕਿੰਡ ਕੱਪ ਤੇ ਆਵੇ ਤੇ ਆ। A few moments later. ਹਾਂਜੀ ਚੱਕ ਕਰ ਅੰਦਰ ਜਾਂਦੇ ਆ ਇਹਨੇ ਆ ਕੇ ਹਾਂਜੀ ਤੇ ਜਿਹੜਾ ਨਾ ਅਸੀਂ ਪਾਰਕਿੰਗ ਚ ਆ ਗਏ ਆ ਠੀਕ ਹੈ, ਮੋਟਰਸਾਈਕਲ ਦੀ ਪਾਰਕਿੰਗ ਹੈ ਠੀਕ ਹੈ। ਹਾਂਜੀ ਤੇ ਤੁਹਾਡਾ ਭਾਈ ਤਾਂ ਥੱਲੇ ਆ ਗਿਆ, ਬੇਸਮੈਂਟ ਆ ਠੀਕ ਹੈ ਤੇ ਕਿੱਥੇ ਜਾਂਦੇ ਆ ਠੀਕ ਹੈ। ਚੱਕਾ ਚਲੋ ਉੱਤੇ ਆ ਗਿਆ ਠੀਕ ਹੈ। ਆਪਣੀ ਬੁੱਢੀ ਰਹਾ ਨਹੀਂ ਜਾਤਾ ਤੜਪ ਹੀ ਐਸੀ ਹੈ ਨਾ। ਨਹੀਂ ਸੁੱਕੇ 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 ਹਾਂਜੀ ਤੁਹਾਡੇ ਭਾਈ ਨੇ ਹੋਰ ਸਾਫ ਦੇ ਦੇਣਾ ਮੇਰੀ ਜਿਹੜਾ ਪਸੰਦ ਕੁਛ ਨਹੀਂ ਆਇਆ ਠੀਕ ਹੈ। ਹਾਂਜੀ ਸਾਨੂੰ ਸਾਫ ਪਸੰਦ ਆਇਆ ਕੁਛ ਨਾ ਮਠਿਆ ਪਸੰਦ ਆਇਆ ਹਾਂਜੀ ਪਾਉਣਾ ਵੀ ਨਹੀਂ ਠੀਕ ਹੈ। ਹਾਂਜੀ ਤਾਂ ਚੈੱਕ ਕਰੋ ਕੱਪੇ ਛੱਪੇ ਲਓ ਠੀਕ ਹੈ, ਆਪਣੇ ਬੱਚਿਆਂ ਦੇ ਲਓ ਐਵੇਂ ਬੇਬੀ ਲੈਣ ਠੀਕ ਹੈ, ਤੱਕੇ ਆਓ ਅਸੀਂ ਕੱਪੇ ਛੱਪੇ ਲਓ ਬੱਚਿਆਂ ਦੇ ਠੀਕ ਹੈ, ਆਪਣੇ ਲਓ ਸ਼ਾਪਿੰਗ ਕਰਾਓ ਠੀਕ ਹੈ ਅਤੇ ਹੁਣ ਲੈ ਜਾਂਦੇ ਹਾਂ ਉੱਤੇ ਨੂੰ ਉੱਤੇ ਜਾ ਕੇ ਬਹਿੰਦੇ ਹਾਂ ਅਤੇ ਬਹਿੰਦੇ ਹਾਂ ਠੀਕ ਹੈ, ਨਾਲ ਦਿਖਾਉਂਦੇ ਹਾਂ ਤੁਹਾਨੂੰ ਸਾਹਮਣੇ ਵੀ ਸਵਾਦ ਦੇ ਲਈ ਦੱਸੀ ਚਾਹ ਠੀਕ ਹੈ, ਉੱਥੇ ਵੀ ਜਾਣਾ ਜਾਂਦੇ ਹਾਂ ਅਤੇ ਉੱਤੇ ਮੰਨਦੇ ਤੁਹਾਡਾ ਭਾਈ ਜਾਣਾ ਵਾਪਸ ਜਾ ਰਿਹਾ ਕੋਈ ਚੱਸ ਨਹੀਂ ਹੈ ਇੱਥੇ ਠੀਕ ਹੈ। ਹਾਂਜੀ ਇਹ ਤੁਹਾਡਾ ਭਾਈ ਜਾਣਾ ਮਾਲ ਆਫ ਸਿਆਸਤ ਬਾਹਰ ਨਹੀਂ ਖੜਾਇਆ ਗੱਡੀਆਂ ਦੀ ਜੇ ਪਾਰਕਿੰਗ ਠੀਕ ਹੈ, ਅਸੀਂ ਵਾਪਸ ਨੂੰ ਜਾਂਦੇ ਹਾਂ ਠੀਕ ਹੈ, a few moments later ਬੜਾ ਭਾਈ ਜਾ ਰਿਹਾ ਹੁਣ ਇੰਜੋਰ ਠੀਕ ਹੈ ਤੇ ਸਾਰਾ ਉਹਨਾਂ ਦੇ ਪੁੱਛ ਨਹੀਂ ਮੈਂ ਸਾਹ ਲੱਗਿਆ ਭਾਈ ਉੱਥੇ ਦੇ ਦਿਓ ਤੇ ਸਾਰਾ ਉਹਨਾਂ ਪੁੱਛ ਨਹੀਂ ਠੀਕ ਹੈ ਤੁਹਾਡਾ ਭਾਈ ਉੱਥੇ ਜਿਹੜਾ ਅਸੀਂ ਕਿਉਂ ਚੱਲਾ ਚਲੋ ਹੈ ਰੇ ਉੱਥੇ ਨਹੀਂ ਜਾਂਦੇ ਠੀਕ ਹੈ ਤੇ ਹੁਣ ਅਸੀਂ ਆ ਗਏ ਜੇ ਕੈਂਟ ਘੰਟਾ ਘਰ ਹਾਂਜੀ ਕਹਿੰਦਾ ਪੱਠਾ ਕਹਿੰਦਾ ਘੁੰਮਦੇ ਜਾਣਾ ਆਨ ਸ਼ਾਨ ਆਨ ਜਾਨ ਸ਼ਾਨ ਕਿੰਨਾ ਕਿੰਨਾ ਹੁਸਨ ਦੁਨੀਆ ਦੇ ਅਸੀਂ ਪਤਾ ਨੀ ਕਿੱਥੇ ਠੀਕ ਹੈ ਘੁੰਮ ਕੇ ਸਿੱਧਾ ਕਿੱਥੇ
ਤਾਜ਼ਾ ਤਾਜ਼ਾ ਬੋਲਿਆ ਤੁਹਾਨੂੰ ਵਿਖਾ ਲਵਾਂ ਸ਼ੌਪ ਠੀਕ ਹੈ, ਜਿਹਨੇ ਆਪਣੀ ਚੀਜ਼ਾਂ ਨੂੰ ਲੈ ਕੇ ਆਉਣਾ ਉਹਦਿਆਂ ਵਾਸਤੇ ਸਾਨੂੰ ਵੀ ਅੱਲਾਹ ਮਾਤਾ ਦੀ ਠੀਕ ਹੈ ਦੱਸ ਮਾਏ ਆਮੀ ਇਕੱਠੀ ਹੋ ਰਹੀ ਨੇ ਪੜ੍ਹਦੇ ਹੁੰਦੇ ਹਨ ਤੇ ਇੱਕ ਹੋਰ ਗੱਲ ਰਹਿ ਹੀ ਗਈ ਏ ਤੁਹਾਡੀਆਂ ਦੁਆਵਾਂ ਨਾਲ ਮੱਠੇ ਦਾ ਮੋਬਾਇਲ ਸਹੀ ਹੋ ਗਿਆ। A few moments later. ਹਾਂਜੀ ਤੁਹਾਡੇ ਭਾਈ ਨੇ ਲਿਆ ਫੋਨ ਦਾ ਅੱਡੇ ਦਿੱਤਾ ਠੀਕ ਹੈ ਮੱਛਰ ਦਾ ਵੀ ਤੇ ਸਾਮਾਂ ਦਾ ਵੀ ਤੇ ਤੁਸੀਂ ਇਹ ਨਾ ਸੋਚੋ ਕਿ ਮੈਂ ਪਲਿਓ ਖਵਾਉਂਦਾ ਠੀਕ ਹੈ, ਤੁਸੀਂ ਇਹ ਸੋਚੋ ਕਿ ਸਾਮਾਂ ਦੇ ਪਲਿਓ ਖਾਂਦੇ ਆ ਕਮੇਟੀ ਤੁਹਾਡਾ ਭਾਈ ਖਾਣ ਲੱਗਾ ਠੀਕ ਹੈ ਆ ਗਈ ਹੈ ਸਾਮਾਂ ਸਾਹਿਬ ਦੀ ਇਹ ਮੱਠਾ ਸਾਹਿਬ ਦੀ ਹਾਂਜੀ ਮੱਠਾ ਜੀ ਚਾਰ ਸੌ ਮਾਸਾ ਹਜ਼ਾਰ ਰੁਪਏ ਚਾਰ ਸੌ ਕਮੇਟੀ ਨੀ ਚਲੀ ਹੈ ਠੀਕ ਹੈ ਉਹਨੇ ਜਾਣਾ ਅੱਜ ਜਾਣਾ ਸਾਰਿਆਂ ਨੂੰ ਫੋਨ ਫਾਈਏ ਠੀਕ ਹੈ ਤੇ ਤੁਸੀਂ ਵੀ ਜਾਣਾ ਯਾਰ ਦੋਸਤਾਂ ਨਾਲ ਖਾਓ ਪੀਓ ਚੱਸ ਲਓ ਇਹ ਜੇ ਜ਼ਿੰਦਗੀ ਦੇ ਦਿਨ ਨੇ ਤੇ ਪਤਾ ਨੀ ਅਸੀਂ ਕਿੱਥੇ ਹੋਣਾ ਸੀ ਕਿੱਥੇ ਨਹੀਂ ਕਹਿਣਾ ਜੀ ਕੁੜੀਆਂ ਨੂੰ ਕੁਛ ਨੀ ਪਿਆ ਅੱਗੇ ਜਿਹੜਾ ਨਾ ਤੁਹਾਨੂੰ ਪਤਾ 14 ਅਗਸਤ ਆ ਰਹੀ ਹੈ ਠੀਕ ਹੈ ਨਜ਼ਦੀਕ ਹੀ ਹੈ 12 ਦਿਨ ਰਹਿ ਗਏ ਨੇ A few moments later. ਜਾਣਿਆ ਸੀ ਠੀਕ ਹੈ ਫਿਰ ਅੱਜ ਕਮੇਟੀ ਵਾਲੇ ਆ ਗਏ ਨੇ ਤੁਹਾਨੂੰ ਮੈਂ ਪਹਿਲੇ ਵੀ ਕਿਹਾ ਯਾਰੋ ਕਾਲ ਲਾਈਏ ਨਾ ਸਰ ਤੇ ਉਹ ਚੁੱਕ ਲੈਣ ਕਮੇਟੀ ਵਾਲੇ ਆ ਗਏ ਨੇ ਠੀਕ ਹੈ ਟ੍ਰੇਨ ਵੀ ਆ ਗਈ ਹੈ ਠੀਕ ਹੈ ਫਿਰ ਰਸ਼ ਬਹੁਤ ਪੈ ਗਿਆ ਤੇ ਲਿਹਾਜ਼ਾ ਸਾਰੇ ਆਪਣੀਆਂ ਦੁਕਾਨਾਂ ਤੋਂ ਹਿਫਾਜ਼ਤ ਸਮਾਨ ਠੀਕ ਹੈ ਤੇ ਸੜਕਾਂ ਦੇ ਦੁਕਾਨਾਂ ਨਾਲ ਆ ਗੱਡੀ ਵੀ ਚੁੱਕ ਲੱਗ ਗਈ ਯਾਰ ਯਾਦ ਬਣਿਆ ਰੇਲ ਹੋਈ ਗਿਆ ਰੇਲ ਹੋਈ ਗਿਆ।
ਦੁਕਾਨ ਨਾ ਲਾਓ, ਲੇਕਿਨ ਵਾਮ ਨੀ ਬਾਹਰ ਆਉਂਦੀ। ਵਾਮ ਕਹਿੰਦੀ ਚਲੋ ਕੋਈ ਗੱਲ ਨੀ, ਚੰਗਾ ਮੈਂ ਬੋਲ ਲੈਣੇ, ਅਗਲੇ ਬੋਲਦੇ ਵੀ ਨੇ ਤੇ ਕਰਕੇ ਵੀ ਮਹਾਨੇ ਨੇ। ਠੀਕ ਹੈ, ਚਲੋ ਅੱਗੇ ਸਾਨੂੰ ਪਤਾ ਜੀ ਅੱਗੇ ਜੇ ਜਾਂਦੇ ਹਾਂ ਦੁਕਾਨ ਨਾਲ, ਜਿਹੜੇ ਗਰੀਬ ਆਦਮੀ ਨੇ ਉਹਨਾਂ ਯਾਰ ਨੁਕਸਾਨ ਹੋ ਰਿਹਾ। One eternity later. ਹਾਂਜੀ, ਇਹ ਤੁਹਾਡਾ ਭਾਈ ਆ ਗਿਆ। ਠੀਕ ਹੈ, ਬਿਰਿਆਨੀਆਂ ਜਗ੍ਹਾ ਦੇ ਕਰਾਚੀ ਬਿਰਿਆਨੀ। ਠੀਕ ਹੈ, ਪੀਜ਼ਾ ਦੇ ਨਾਲ ਚੱਲਦੇ ਅੰਦਰ। ਸਲਾਮੁਅਲੈਕੁਮ ਭਾਈ, ਕੀ ਹਾਲ ਹੈ? ਠੀਕ ਹੋ? ਹਾਂਜੀ, ਤੁਹਾਡਾ ਭਾਈ ਜਿਹੜਾ ਨਾ ਅੰਦਰ ਆ ਗਿਆ। ਠੀਕ ਹੈ, ਕਰਾਚੀ ਬਿਰਿਆਨੀ ਹੈ, ਹਾਜੀਪੁਰਾ। ਠੀਕ ਹੈ, ਵਿਸ਼ਾਲਵਾਮ ਦੇ ਨਾਲ ਹੈ, ਤੁਸੀਂ ਵੀ ਆਓ। ਮੈਂ ਇਹਨਾਂ ਦੀ ਪਹਿਲੀ ਖਾਧੀ ਗਈ, ਫਿਰ ਅੱਜ ਖਾ ਕੇ ਘਰ ਦੱਸਦਾ ਕਿੰਨੀ ਚੱਸਦੇ ਆ ਨਾਲ ਮੱਠੇ ਹੋ ਰਹੇ ਨੇ ਨਾ ਸਾਂਭਰ। ਤੁਹਾਨੂੰ ਪਹਿਲੇ ਵੀ ਦੱਸਿਆ ਮੈਂ ਨਹੀਂ ਖਵਾਉਂਦਾ, ਮੈਂ ਤੁਹਾਨੂੰ ਪਹਿਲੇ ਵੀ ਦੱਸਦਾ ਮੈਂ ਨਹੀਂ ਖਵਾਉਂਦਾ ਕਿਸੇ। ਮੈਂ ਇੰਨਾ ਚਵਲ ਆ, ਇੰਨਾ ਚਵਲ ਨਾਲ ਤੁਸੀਂ ਹਿਸਾਬ ਨਹੀਂ ਲਾ ਸਕਦੇ। ਠੀਕ ਹੈ, ਇਹ ਸਾਰਾ ਖਰਚਾ ਕਦੀ ਹੋ ਜਾਂਦਾ ਮੱਠੇ ਦਾ, ਕਦੀ ਹੋ ਜਾਂਦਾ ਸਾਂਭਰ ਦਾ। ਅੱਜ ਤਾਂ ਸਾਂਭਰ ਦੀ ਕਮੇਟੀ ਦਾ ਅਸੀਂ ਤਿੰਨ ਚੋਣਾਂ ਖਾਧੀਆਂ ਨੇ, ਤਿੰਨ ਫੁੱਲ ਫੁੱਲ ਬਿਰਿਆਨੀ ਨੇ ਤੁਹਾਨੂੰ ਖਾ ਕੇ ਮਹਾਨੇ ਆ ਨਾਲ ਬੋਤਲ। ਹਾਂਜੀ, ਤੁਹਾਡੇ ਭਾਈ ਦੇ ਜਿਹੜਾ ਨਾ ਆ ਗਈ ਹੈ ਬਿਰਿਆਨੀ। ਠੀਕ ਹੈ, ਨਾਲ ਆ ਗਈ ਸਾਂਭਰ ਦੀ ਬਿਰਿਆਨੀ। ਅਸੀਂ ਤਾਂ ਲਵਾਈਏ ਫੁੱਲ ਸਪਾਈਸੀ ਸਪਾਈਸੀ। ਠੀਕ ਹੈ, ਆ ਗਈ ਜੀ ਮੱਠੀ ਹੋ ਜਾਂਦੀ ਚਿੱਟੀ। ਠੀਕ ਹੈ, ਚਿੱਟੀ ਆ ਗਈ, ਚੈੱਕ ਕਰੋ ਇਹ। ਹਾਂਜੀ, ਤੇ ਤੁਹਾਡੇ ਭਾਈ ਜਾਨ ਨਾਲ ਨਾਲ ਖਾਏਗਾ, ਨਾਲ ਨਾਲ ਥੋੜੀ ਬਹੁਤੀ ਵੀਡੀਓ ਬਣਾਏਗਾ। ਠੀਕ ਹੈ, ਗਰਮ ਫੁੱਲ ਗਰਮ ਹੈ। ਪੂਰੀ ਚਸ ਠੀਕ ਹੈ, ਸਾਰੀ ਮਠਾਈ ਹੈ ਚਸ। ਤੁਹਾਨੂੰ ਕਿਹਾ ਸੀ ਕਹਿੰਦੇ ਏਸੀ ਵੀ ਲੱਗੇ ਹੋਏ ਜੇ ਕਿਸੇ ਵੀ ਬਿਰਿਆਨੀ ਸ਼ਾਪ ਸੋਚੋ, ਏ ਸੀ ਨਹੀਂ ਲੱਗਾ। ਬਾਹਰ ਦੁਕਾਨ ਹੈ ਠੀਕ ਹੈ, ਜਿੱਥੇ ਏ ਸੀ ਲੱਗਾ। ਆਪਣੇ ਸਮਾਨ ਦੀ ਆਪਣੀ ਭਾਰਤ ਪੈਣੀ ਵੀ ਉਹ ਸਾਹਮਣੇ ਲਿਖਿਆ, ਫਿਰ ਇੰਨਾ ਕਿਉਂਕਿ ਸਾਡਾ ਸਮਾਨ ਆ ਚੁੱਪ। ਠੀਕ ਹੈ, ਹੁਣ ਖਾ ਕੇ ਤੁਹਾਨੂੰ ਮਿਲਦੇ। One eternity later. ਤੁਹਾਡਾ ਭਾਈ ਜਿਹੜਾ ਨਾ ਮਾਲਕ ਨੇ ਦੁਕਾਨ ਦੇ, ਠੀਕ ਹੈ, ਉਹਨਾਂ ਨਾਲ ਮਿਲਣੇ ਆ ਅਤੇ ਉਹਨਾਂ ਨੂੰ ਜਿਹਾ ਨਾ ਪੁੱਛਣੇ ਆ ਕਿ ਉਹਨੇ ਕਿਸੇ ਬ੍ਰਾਂਚ ਹੈ। ਠੀਕ ਹੈ, ਅਤੇ ਸਾਰੇ ਭਾਈ ਜਾਨ ਇੱਥੇ ਵੀ ਸੈਟ ਕਰੋ। ਸਲਾਮ ਅਲੈਕੁਮ। ਹਾਂਜੀ ਭਾਈ ਜਾਨ, ਕੀ ਹਾਲ ਹੈ? ਮਿਆਨੀ ਦੇ ਸਾਧ ਮਿਆਨੀ ਦੇ ਬਿਲਕੁਲ ਸਾਹਮਣੇ ਜਿਹੜੇ ਨੇ ਉਹ ਵੀ ਤੁਹਾਡੀ, ਹਾਂ ਉਹ ਵੀ ਤੁਹਾਡੀ ਤੇ ਆ ਵੇਖ ਲਓ ਕਿਸੇ ਕਿਸੇ ਮਸ਼ਹੂਰ ਨੇ। ਠੀਕ ਹੈ, ਕਰਾਚੀ ਬਿਰਿਆਨੀ ਵਾਲੇ ਚੈੱਕ ਕਰੋ ਇਹਨਾਂ ਦੀ ਬਿਰਿਆਨੀ ਜਿਹੜਾ ਨਾ ਮੈਨੂੰ, ਮੈਂ ਜਿੱਥੋਂ ਹੀ ਖਾਧੀ ਆ ਨਾ ਮੈਨੂੰ ਕਿਧਰੋਂ ਮਜ਼ਾ ਨਹੀਂ ਆਇਆ ਕਰਾਚੀ ਬਿਰਿਆਨੀ ਜਿੱਥੋਂ ਹੀ, ਲੇਕਿਨ ਮੈਂ ਇੱਥੇ ਆਇਆ ਵਾਂ ਹੱਸੇ ਆ ਪੂਰੀ ਚਸ ਆਈ। ਠੀਕ ਹੈ, ਅਤੇ ਸਾਰੇ ਭਾਈ ਜਿਹੜਾ ਨਾ ਇੱਥੇ ਆਉਣ ਵਿਜ਼ਿਟ ਕਰਨ ਅਤੇ ਮਜ਼ਾ ਆਏਗਾ ਅਤੇ ਮਿਹਰਬਾਨੀ ਭਾਈ ਜਾਨ। ਹਾਂਜੀ, ਅਤੇ ਤੁਹਾਡਾ ਭਾਈ ਜਿਹੜਾ ਨਾ ਬਿਰਿਆਨੀ ਖਾ ਕੇ ਬਾਹਰ ਆ ਗਿਆ। ਠੀਕ ਹੈ, ਅਤੇ ਇਸ ਕਾਲ ਦਾ ਸਹੀ ਐਡ ਕਰਾਂਗਾ ਜੇ ਭਾਈ ਭੈਣਾਂ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਜਲਦੀ ਕਰੇ ਤਾਂ ਕਿ ਤੁਸੀਂ ਸਾਡੀਆਂ ਵੀਡੀਓ ਦੇਖ ਸਕੋ ਅਤੇ ਮਿਲਣੇ ਅਗਲੇ ਵਲੌਗ 'ਚ। ਅੱਲਾ ਹਾਫਿਜ਼।